विश्वास करां जन्म अगले ते, माला दे मन के फेरा क्यों, दे स्वर्ग नरक इत्थे ही है, नूर कर्मा दा बिजया होना सी। रचनावां सामने आउंदियां हन,
1969 ਵਿੱਚ ਕਹਾਣੀ ਸੰਗ੍ਰਹਿ ਰਾਕੇ ਪੰਜ ਦਰਿਆ ਦੇ, 1973 ਵਿੱਚ ਨਾਵਲ ਹੁਸਨ ਦੇ ਜਲਵੇ, ਸਾਲ 2006 ਵਿੱਚ ਗੀਤ ਸੰਗ੍ਰਹਿ ਨੂਰ ਦੇ ਗੀਤ ਪ੍ਰਕਾਸ਼ਿਤ ਹੋਏ। ਇਸ ਤੋਂ ਇਲਾਵਾ ਕਈ ਸਾਂਝੇ ਕਾਵਿ ਸੰਗ੍ਰਹਿ ਵਿੱਚ ਇਹਨਾਂ ਦੀਆਂ ਰਚਨਾਵਾਂ ਹਨ। ਇਹ ਹਮੇਸ਼ਾ ਗਿਣਾਤਮਕ ਦੀ ਥਾਂ ਗੁਣਾਤਮਕ ਰਚਨਾਵਾਂ ਦੀ ਰਚਨਾ ਕਰਨ ਨੂੰ ਤਰਜੀਹ। ਸੋ ਇਹ ਮੈਨੂੰ ਜੋ ਇੱਕ ਆਰਟੀਕਲ ਤੋਂ ਜਿਹੜੀ ਹੈ ਪਾਪਾ ਦੀ ਡਿਟੇਲ ਮਤਲਬ ਜੋ ਜੋ ਉਸ ਬਾਰੇ ਪਤਾ ਲੱਗਿਆ। ਔਰ ਹੁਣ ਮੈਂ ਜਿਸ ਤਰ੍ਹਾਂ ਕਿ ਦੱਸਿਆ ਕਿ ਫਾਦਰ ਸਾਹਿਬ ਕਵੀ ਸਨ, ਤਾਂ ਉਹਨਾਂ ਵਾਸਤੇ ਡਾਕਟਰ ਹਰੀ ਸਿੰਘ ਜਾਜਕ ਪੰਥਕ ਕਵੀ, ਐਡੀਸ਼ਨਲ ਚੀਫ ਸੈਕਟਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਉਹਨਾਂ ਨੇ ਉਹਨਾਂ ਵਾਸਤੇ ਇੱਕ ਕਵਿਤਾ ਲਿਖੀ ਹੈ ਸ਼ਰਧਾਂਜਲੀ ਦੇ ਤੌਰ ਤੇ। ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਬਹੁਤ ਹੀ ਸੱਚੇ ਸੁੱਚੇ ਇਨਸਾਨ ਗੁਰੂ ਪ੍ਰਵਾਸੀ ਸਰਦਾਰ ਸੁਖਪਾਲ ਸਿੰਘ ਨੂਰ ਭਾਟੀਆ ਜੀ ਨੂੰ ਕਵਿਤਾ ਨਾਲ ਸ਼ਰਧਾਂਜਲੀ। ਸਰਦਾਰ ਸੁਖਪਾਲ ਸਿੰਘ ਭਾਟੀਆ ਨੂਰ ਸਾਹਿਬ, ਤਨ ਕਰਕੇ ਨਹੀਂ ਹੁਣ ਰਹੇ ਜਗ ਤੇ, ਪਹਿਰਾ ਦਿੱਤਾ ਸੀ ਪੰਥਕ ਸੋਚ ਉੱਤੇ, ਵਗਦੇ ਵਹਿਣਾ ਚ ਕਦੇ ਨਾ ਵਹੇ ਜਗ ਤੇ, ਮਿਲਦੇ ਖਿੜੇ ਮੱਥੇ ਖੇੜ ਮਿਲਦੇ ਖਿੜੇ ਮੱਥੇ ਖੇੜੇ ਵਿੱਚ ਰਹਿ ਕੇ, ਕੋੜੇ ਬਚਨ ਨਾ ਮੁਖ ਤੋਂ ਕਹੇ ਜਾਂਦੇ, ਉੱਚਾ ਸੁੱਚਾ ਸੀ ਸਦਾ ਕਿਰਦਾਰ ਰੱਖਿਆ, ਵਿਰਲੇ ਹੁੰਦੇ ਇਨਸਾਨ ਉਸ ਜਗ ਉਸ ਜਿਹੇ ਜਗ ਦੇ। ਲਿਖੀਆਂ ਸੀ ਕਹਾਣੀਆਂ ਅਤੇ ਨਾਵਲ ਨਾਲ ਸਦਾ ਕਿਰਦਾਰ ਰੱਖਿਆ, ਵਿਰਲੇ ਹੁੰਦੇ ਇਨਸਾਨ ਉਸ ਜਗ ਉਸ ਜਿਹੇ ਜਗ ਦੇ। ਲਿਖੀਆਂ ਸੀ ਕਹਾਣੀਆਂ ਅਤੇ ਨਾਵਲ ਨਾਲ ਕਵਿਤਾ ਦੀ ਸਾਂਭ ਸੰਭਾਲ ਕੀਤੀ, ਤਿੰਨ ਪੁਸਤਕਾਂ ਸਾਹਿਤ ਦੀ ਪਾ ਝੋਲੀ ਉਹਨਾਂ ਕਲਮ ਦੇ ਨਾਲ ਕਮਾਲ ਕੀਤੀ, ਕਈ ਸਾਹਿਤ ਸਭਾਵਾਂ ਦਾ ਧੁਰਾ ਬਣ ਕੇ ਉਹਨਾਂ ਮਾਂ ਬੋਲੀ ਮਾਲੋ ਮਾਲ ਕੀਤੀ, ਸਾਹਿਤ ਸਭਾਵਾਂ ਨੇ ਲਾਈ ਸੀ ਜੋ ਸੇਵਾ ਸਾਰੀ ਉਮਰ ਕੋ ਰੂਹ ਦੇ ਨਾਲ ਕੀਤੀ। ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਮਿਲੀ ਉਹਨਾਂ ਨੂੰ ਸੀ ਵਰਦਾਨ ਸੇਵਾ, ਗਰੀਬ ਵਿਦਿਆਰਥੀਆਂ ਦੀ ਰਹੇ ਫੀਸ ਭਰਦੇ, ਦਿੱਤਾ ਉਸ ਨਿਮਾਣੇ ਨੂੰ ਮਾਣ ਸੇਵਾ। ਸਕੂਲ ਇਹ ਜਿਹੜੀ ਮੈਂ ਲਾਈਨ ਬੋਲੀ ਹੈ, ਇਹ ਵੀ ਸਾਨੂੰ ਤਕਰੀਬਨ ਕੱਲ ਪਰਸੋਂ ਹੀ ਪਤਾ ਲੱਗਿਆ। ਇਹ ਵੀ ਉਹਨਾਂ ਨੇ ਕਦੇ ਸਾਡੇ ਨਾਲ ਇਹ ਗੱਲ ਸ਼ੇਅਰ ਨਹੀਂ ਕੀਤੀ ਸੀ ਇਸ ਚੀਜ਼ ਬਾਰੇ ਕਿ ਉਹ ਗਰੀਬ ਬੱਚਿਆਂ ਦੀ ਜਿਹੜੀ ਸੀ ਫੀਸਾਂ ਭਰਦੇ ਰਹੇ। ਗਰੀਬ ਵਿਦਿਆਰਥੀਆਂ ਦੀ ਰਹੇ ਫੀਸ ਭਰਦੇ, ਦਿੱਤਾ ਉਸ ਨਿਮਾਣੇ ਨੂੰ ਮਾਨ ਸੇਵਾ। ਸਕੂਲ ਮੈਨੇਜਮੈਂਟ ਕਮੇਟੀ ਦੇ ਬਣ ਮੈਂਬਰ ਕੀਤੀ ਸਮਝ ਤੇ ਜਿੰਦ ਤੇ ਜਾਨ ਸੇਵਾ, ਮੈਨੇਜਮੈਂਟ ਵਿਦਿਆਰਥੀ ਅਤੇ ਟੀਚਰ ਕਰ ਰਹੇ ਯਾਦ ਨੇ ਕੀਤੀ ਮਹਾਨ ਸੇਵਾ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 19 ਚੰਡੀਗੜ੍ਹ ਸਾਰੀ ਉਮਰ ਹੀ ਸੇਵਾ ਕਮਾਈ ਸੋਣੀ, ਹਾਈ ਪਾਵਰ ਕਮੇਟੀ ਦੇ ਰਹੇ ਮੈਂਬਰ, ਵੱਡੀ ਸੇਵਾ ਇਹੋ ਹਿੱਸੇ ਦੀ ਆਈ ਸੋਣੀ, ਜਿਹੜੀ ਜਿਹੜੀ ਵੀ ਸੇਵਾ ਸੀ ਰਹੀ ਲੱਗਦੀ, ਖਿੜੇ ਮੱਥੇ ਸੀ ਉਹ ਨਿਭਾਈ ਸੋਣੀ, ਜਦੋਂ ਵੀ ਕਵੀ ਦਰਬਾਰ ਹੁੰਦੇ ਉਦੋਂ ਸਟੇਜ ਤੇ ਬਖੂਬੀ ਚਲਾਈ ਸੋਣੀ। ਸੈਕਟਰ 19 ਦੇ ਸੇਵਾਦਾਰ ਸਾਰੇ ਕਵੀ ਦਰਬਾਰ ਕਰਵਾਉਂਦੇ ਹਰ ਸਾਲ ਹੀ ਸੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਉਂਦੇ ਹਰ ਸਾਲ ਹੀ ਸੀ। ਸ਼ਾਮਿਲ ਹੋਣ ਲਈ ਕਵੀਆਂ ਨੂੰ ਨੂੰ ਜੀ ਹੀ ਸਭ ਨੂੰ ਫੋਨ ਫੜਕਾਉਂਦੇ ਹਰ ਸਾਲ ਹੀ ਸੀ। ਸਾਰੇ ਸੱਦੇ ਹੋਏ ਕਵੀਆਂ ਦੇ ਨਾਲ ਮੈਨੂੰ ਬੜਾ ਮਾਣ ਦਿਵਾਉਂਦੇ ਹਰ ਸਾਲ ਹੀ ਸੀ। ਇਹ ਡਾਕਟਰ ਚਾਚਾ ਕਹਿ ਰਹੇ ਨੇ, ਸਾਰੇ ਸੱਦੇ ਹੋਏ ਕਵੀਆਂ ਦੇ ਨਾਲ ਮੈਨੂੰ ਬੜਾ ਮਾਣ ਦਿਵਾਉਂਦੇ ਹਰ ਸਾਲ ਹੀ ਸੀ। ਮਾਂ ਬੋਲੀ ਨੂੰ ਸਭ ਨੂੰ ਫੋਨ ਫੜਕਾਉਂਦੇ ਹਰ ਸਾਲ ਹੀ ਸੀ। ਸਾਰੇ ਸੱਦੇ ਹੋਏ ਕਵੀਆਂ ਦੇ ਨਾਲ ਮੈਨੂੰ ਬੜਾ ਮਾਣ ਦਿਵਾਉਂਦੇ ਹਰ ਸਾਲ ਹੀ ਸੀ। ਇਹ ਡਾਕਟਰ ਚਾਚਾ ਕਹਿ ਰਹੇ ਨੇ।
सारे सदे हुए कवियां दे नाल मैनूं बड़ा मान दे आउंदे हर साल जीसी। मां बोली नूं चार चंद लाउण दे लई मां बोली नूं चार चंद लाउण दे लई कवि मंडल दे रहे प्रधान भी सी, कले कवि जां साहित्यकार ही नहीं सी, उच्चे सुचे ते नेक इंसान भी सी। सारी उम्र ही कलम चलाई होना, सारी उम्र ही कलम चलाई होना, मिले सैकड़े मान सम्मान भी सी, कविता ओना दी जिंद ते जान बन गई, ओ कविता दी जिंद ते जान भी सी। गुरु चरण दे विच हां असी बैठे, गुरु चरणा दे विच हां असी बैठे, श्रद्धा अदब दे नाल विश्वास सारे, पाटिया साहब दे पूरे परिवार दे नाल हमदर्दी करन लई आए हां खास सारे। रिश्तेदार स्नेही ते परम मित्र, रिश्तेदार स्नेही ते परम मित्र, देन आए हां अपना अंतरवास सारे, गुरु चरणा विच रहे निवास जाचक, तुरो अंदरों करिए अरदास सारे। गुरु चरणा विच रहे निवास जाचक, तुरो अंदरों करिए अरदास सारे। वाहिगुरु जी का खालसा, वाहिगुरु जी की फतेह। साध संगत जी, इस तो पहला कि मैं उन्हां दी बेटी जसमीन कौर नूं बेनती करा कि वह भी अपने मन दे वलवले कुछ संगत नाल सांझे करन। इक शोक माता गुरु नानक खालसा सीनियर सैकेंडरी स्कूल सैक्टर 30 भी वल्लों आया है, सो उन्हां दा बहुत बहुत धन्नवाद है कि उन्होंने इस दुख की घड़ी दे विच परिवार दे नाल शोक साझा किया है। सारे स्टाफ का, प्रिंसीपल साहब का जो मत आया है वो परिवार बहुत बहुत धन्यवाद करता है। हम मैं बेनती करूँगा उन्हों की बेटी कि वह भी अपने मन के बाद संगत न साझे कर। सरदार सतपाल सिंह भाटिया जी की लिखी हुई एक रचना सुनाने जा रही हूं। बख्शी जो उस स्वासा ने लड़ी, बख्शी जो उस स्वासा ने लड़ी, और टूट रही है कड़ी कड़ी, संभाल ना सक्या मैं यह पलानू, इसे भी चिंता सिरे आ खड़ी। स्वासा दे नाल रिश्तेदार सारे, स्वासा दे नाल रिश्तेदार सारे, एना दे मगरों ता कर्मा दी मार है, मौत होएगी जद सिरे आखड़ी, बख्शी जो उस स्वासा दी लड़ी, ओ टूट रही है कड़ी कड़ी, संभाल ना सक्या मैं ए पला नू, इसे दी चिंता सिरे आखड़ी। जब जदों उसने चुपचाप बुलाया, जदों उसने चुपचाप बुलाया, रह जाना सारा तरिया तराया, मुकनी नहीं हंजुआ दी लड़ी, बख्शी जो उस स्वासा दी लड़ी, ओ टूट रही है कड़ी कड़ी, संभाल ना सकिया मैं ये पलानू, इसे दी चिंता सिरे आ खड़ी। झट भी होनी चुकन दी तैयारी, चोहा मोढ़िया ते तद चलनी सवारी, झट भी होनी चुकन की तैयारी, चोहा मोढ़िया ते तद चलनी सवारी, उत्थे नहीं चलनी किसे दी अड़ी, बख्शी जो उस स्वासा दी लड़ी, ओ टूट रही है कड़ी कड़ी, संभाल ना सकिया मैं ये पला नू, किसे दी चिंता सिरे आ खड़ी। दुनिया दी प्रीत झट मुक जानी, दुनिया दी प्रीत झट मुक जानी, नौ मन लक्कड़ है जद पानी, अगन भेट कर कौन देखू मड़ी, अगन भेट कर कौन देखू मड़ी, बख्शी जो उस स्वासा दी लड़ी, ओ टूट रही है कड़ी कड़ी, ओ टूट रही है कड़ी कड़ी, संभाल ना सकिया मैं ए पला नू, इसे दी चिंता सिरे आ खड़ी, इसे दी चिंता सिरे आ खड़ी। फिर पाठ ते कीर्तन दी लोड़े, फिर पाठ ते कीर्तन दी लोड़े, इहो जिंदगी रा आखरी मोड़े, नूर की वेखे कड़ी कड़ी कड़ी, बख्शी जो उस स्वासा दी लड़ी, ओ
ਓਟੂ ਟੜੀ ਹੈ ਕੜੀ ਕੜੀ ਓਟੂ ਟੜੀ ਹੈ ਕੜੀ ਕੜੀ ਸੰਭਾਲ ਨਾ ਸਕਿਆ ਮੈਂ ਇਹ ਪਲਾਂ ਨੂੰ ਇਸੇ ਦੀ ਚਿੰਤਾ ਸਿਰੇ ਆ ਖੜੀ ਇਸੇ ਦੀ ਚਿੰਤਾ ਸਿਰੇ ਆ ਖੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਗਮਨ ਤੋਂ ਬਚਣ ਲਈ ਆਵਾਗਮਨ ਤੋਂ ਬਚਣ ਲਈ ਅਰਦਾਸ ਤਾਂ ਰੱਬ ਕੋਲ ਕੀਤੀ ਏ ਫਿਰ ਵੀ ਕਿਸੇ ਰੂਪ 'ਚ ਮਿਲ ਜਾਏ ਫਰਿਆਦ ਏ ਦਿਲ ਨੇ ਕੀਤੀ ਏ ਨੂਰ ਕੁਝ ਕਹਿ ਸਕਾਂ ਕੁਝ ਸੁਣ ਸਕਾਂ ਦਿਲ ਨੂੰ ਸਮਝਾਉਂਦਾ ਰਹਿੰਦਾ ਹਾਂ ਆਖਰ ਵਿੱਚ ਕੁਝ ਨਾ ਕਰ ਸਕਿਆ ਇਸ 'ਤੇ ਪਛਤਾਉਂਦਾ ਰਹਿੰਦਾ ਹਾਂ।